ਤੇ ਦੇਰ ਰਾਤ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਕਿ ਬੱਸ ਵਿੱਚ ਸਵਾਰ 8 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਜਿਹਾ ਚੱਲਦੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਇਸ ਘਟਨਾ ਵਿੱਚ ਬੱਸ ਵਿੱਚ ਸਵਾਰ 8 ਲੋਕ ਜਿਉਂਦੇ ਸੜ ਗਏ, ਜਦਕਿ 2 ਦਰਜਨ ਤੋਂ ਵੱਧ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਤੇ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ 'ਤੇ ਕਾਬੂ ਨਾ ਪਾਇਆ ਗਿਆ, ਜਦਕਿ ਬੱਸ ਵਿੱਚ ਸਵਾਰ 8 ਲੋਕ ਇਸ ਅੱਗ ਕਾਰਨ ਜਿਉਂਦੇ ਹੀ ਸੜ ਗਏ। ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਕਿ ਕਿਵੇਂ ਇਹ ਭਿਆਨਕ ਅੱਗ ਲੱਟ ਲੱਟ ਕਰਕੇ ਜਲ ਰਹੀ ਹੈ। ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅੱਗ ਦਾ ਸੇਕ ਇੰਨਾ ਤੇਜ਼ ਹੈ ਕਿ ਕੋਈ ਵੀ ਬੱਸ ਦੇ ਨਜ਼ਦੀਕ ਨਹੀਂ ਜਾ ਪਾ ਰਿਹਾ। ਤੇ ਤਸਵੀਰਾਂ ਹਰਿਆਣਾ ਦੇ ਕੁੰਡਲੀ ਮਾਨੇਸਵਰ ਪਲਵਲ ਐਕਸਪ੍ਰੈਸਵੇ ਦੀਆਂ ਨੇ, ਜਿੱਥੇ ਕਿ ਸ਼ੁੱਕਰਵਾਰ ਦੇਰ ਰਾਤ ਇਹ ਵੱਡਾ ਹਾਦਸਾ ਵਾਪਰਿਆ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਇਹ ਸਾਰੇ ਸ਼ਰਧਾਲੂ ਸਨ ਜੋ ਕਿ ਮਥੁਰਾ ਅਤੇ ਵਰਿੰਦਾਵਨ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ, ਅਤੇ ਜਿਵੇਂ ਹੀ ਬੱਸ ਹਰਿਆਣਾ ਦੇ ਨੂੰਹ ਕੋਲ KMP ਐਕਸਪ੍ਰੈਸ ਵੇ 'ਤੇ ਪਹੁੰਚੀ ਤਾਂ ਇਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਸ ਵਿੱਚ ਸਵਾਰ 8 ਲੋਕ ਜਿਉਂਦੇ ਸੜ ਗਏ, ਜਦਕਿ 2 ਦਰਜਨ ਤੋਂ ਵੱਧ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਕਿ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉੱਧਰ ਚਸ਼ਮਦੀਦਾਂ ਮੁਤਾਬਕ ਬੱਸ ਨੂੰ ਕਰੀਬ 10 ਕਿਲੋਮੀਟਰ ਦੂਰ ਤੋਂ ਅੱਗ ਲੱਗੀ ਹੋਈ ਸੀ, ਜਿਸ ਦਾ ਕਿ ਇੱਕ ਮੋਟਰਸਾਈਕਲ ਸਵਾਰ ਪਿੱਛਾ ਕਰ ਰਿਹਾ ਸੀ, ਪਰ ਜਦੋਂ ਅੱਗ ਜ਼ਿਆਦਾ ਵੱਧ ਗਈ ਤਾਂ ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਬੱਸ ਦੇ ਅੱਗੇ ਲਗਾ ਦਿੱਤਾ, ਜਿਸ ਤੋਂ ਬਾਅਦ ਬੱਸ ਨੂੰ ਰੋਕਿਆ ਗਿਆ। ਇਸ ਦੌਰਾਨ ਮੌਕੇ 'ਤੇ ਮੌਜੂਦ ਆਸ ਪਾਸ ਦੇ ਲੋਕਾਂ ਵੱਲੋਂ ਬੱਸ 'ਚ ਮੌਜੂਦ ਸਵਾਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਹੋਰ ਵੀ ਭੜਕ ਗਈ, ਜਿਸ ਕਾਰਨ ਉਹਨਾਂ ਨੂੰ ਪਿੱਛੇ ਹਟਣਾ ਪਿਆ। ਕਿਆ ਹੁਆ ਥਾ ਰਾਤ ਕੋ? ਪਤਾ ਨਹੀਂ, ਹਮ ਤੋ ਮੈਂ ਜਾਗ ਰਹੀ ਥੀ, ਥੋੜ੍ਹਾ ਸੋ ਰਹੀ ਥੀ, ਜਾਗ ਰਹੀ ਥੀ, ਤੋ ਥੋੜ੍ਹੀ ਨੀਚੇ ਸੇ ਆਵਾਜ਼ ਆ ਰਹੀ ਥੀ, ਕੜ 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 ਕਰਕੇ ਆਵਾਜ਼। ਮੈਨੇ ਕਿਹਾ ਸ਼ਾਇਦ ਕਹੀ ਸੀ ਮੇਨ ਰੋਡ ਪੇ ਚੜ੍ਹਾ ਰਹੇ ਹਾਂ ਤੋ ਨੀਚੇ ਸੇ ਸੜਕ ਖਰਾਬ ਹੋ ਗਈ, ਤੋ ਲੇਕਿਨ ਸੜਕ ਖਰਾਬ ਨਹੀਂ ਤੋ ਪਤਾ ਲਗਾ ਆਗੇ ਜਾ ਕੇ ਇਹ ਕਹਤੀ ਕਿ ਮੁਝੇ ਲਗਾ ਸਮੈਲ ਵੀ ਆ ਰਹੀ ਹੈ ਥੋੜ੍ਹੀ, ਲੇਕਿਨ ਉਹ ਗਾੜੀ ਕੋ ਆਗੇ ਲਪਟੇ ਲਗੀ ਥੀ, ਕੋਈ ਬਾਈਕ ਵਾਲਾ ਪੀਛੇ ਸੇ ਕਹਤੇ 10 ਕਿਲੋਮੀਟਰ ਸੇ ਵੋ ਆਗ ਲਗੀ ਹੋਈ ਥੀ, ਪੀਛੇ ਸੇ ਵੋ ਆ ਰਹਾ ਥਾ ਬੰਦਾ ਬਾਈਕ ਪੇ, ਜਬ ਇਹ ਗਾੜੀ ਕੀ ਲਪਟੇ ਜ਼ਿਆਦਾ ਹੋ ਗਈ ਤੋ ਉਸਨੇ ਆਗੇ ਬਾਈਕ ਰੋਕ ਦਿਆ ਕਿ ਤੁਹਾਰੀ ਗਾੜੀ ਕੋ ਆਗ ਲਗੀ ਹੋਈ ਹੈ, ਤੋ ਹਮੇ ਫਟਾਫਟ ਬਚਾਇਆ, ਹਮ ਆਗੇ ਬੈਠੇ ਹੋਏ ਥੇ 2-3 ਸੀਟ ਛੋੜ ਕੇ, ਹਮਨੇ ਜੰਪ ਕੀਆ ਆਗ ਕੇ ਬੀਚ ਮੇ ਸਹੀ, ਲੇਕਿਨ ਬਚਾਓ ਹੋ ਗਿਆ। 40 ਮਿੰਟ ਹੋ ਰਹੀ ਥੀ ਜਿਸ ਮੈਂ ਆਗ ਲੱਗ ਰਹੀ ਥੀ, ਆਗ ਰਹੀ ਤੇਜ਼ ਸੀ, ਥੋੜੀ ਥੋੜੀ ਲੱਗ ਰਹੀ ਆਗ, ਇਸ ਸਪੀਡ ਤੇ ਬਰਾਬਰ ਚਲਤੀ ਮੈਂ ਚਲਤੀ ਹਾਂ, ਮੈਂ ਇਸਕਾ ਆਗ ਹੈ ਤਾਂ ਮੈਂ ਇਸਕਾ ਹਾਥ ਬਗੈਰ ਬੀਚ ਰੋਡ ਪਾ ਗਿਆ, ਤੈਨੂੰ ਇਸਕਾ ਆਗ ਡਰਾਈਵਰ ਨੇ ਡਾਂਟੀ ਨਾ, ਫਿਰ ਇੱਕ ਬਾਈਕ ਵਾਲਾ ਆਇਆ ਤਾ ਬਰਾਬਰ ਮੈਂ ਉਸਨੇ ਇਸਤੇ ਬੋਲਾ, ਜੈਸੇ ਇਸਨੇ ਡਾਂਟਾ ਹਮ ਇਸਕੇ ਪੀਛੇ ਹੀ ਭਾਗ ਰਹੇ ਥੇ, ਹਮਨੇ ਜੈਸੇ ਸੀਸਾ ਫੋੜੇ ਗਿੜ ਮਾਰੀ ਥੀ, ਗਿੜ ਸੇ ਨਹੀਂ ਫੂਟੇ ਸੀਸਾ, ਇਸਮੇ ਸੇ ਲਾਏ ਹਮ ਬਾਂਸ, ਰੋਹਨ ਸੇ ਸੀਸਾ ਫੋੜੇ, ਜੈਸੇ ਹਮਨੇ ਸੀਸਾ ਫੋੜੇ ਥੇ ਲੋਗੋ ਕੋ ਨਿਕਾਲਨੇ ਕੇ ਲਿਏ, ਹਾਂ ਨਿਕਾਲਨੇ ਕੇ ਲਿਏ, ਜੈਸੇ ਸੀਸਾ ਫੋੜੇ ਫਿਰ ਇਸਮੇ ਔਰ ਜ਼ਿਆਦਾ ਆਗ ਲੱਗ ਗਈ ਥੀ, ਮਿਹਰਬਾਨੀ ਜੈਸੇ ਗੜੇ 10-5 ਹਮਨੇ ਖਿੱਚ ਕੇ ਬਾਹਰ ਫੇਂਕੀ, ਫਿਰ ਇਸਕੇ ਬਾਅਦ ਕੰਟਰੋਲ ਨਾ ਹੋਈ ਆਗ, ਹਮ ਪੀਛੇ ਹਟ ਗਏ, ਪਾਣੀ ਵੀ ਲਾਏ ਤੇ ਲੇਕਿਨ ਪਾਣੀ ਸੇ ਪੁਲਿਸ ਕੋ ਸੂਚਨਾ ਦੀ, ਆਪ ਲੋਗ ਪੁਲਿਸ ਕੋ ਸੂਚਨਾ ਦੀ, ਪੁਲਿਸ 3 ਘੰਟੇ ਬਾਅਦ ਆਈ ਥੀ ਜਬ ਪੂਰੀ ਬਸ ਖਾਕ ਹੋ ਗਈ ਜੜ ਕੇ। ਉਧਰ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਇਸ ਦੌਰਾਨ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ, ਪਰ ਪੁਲਿਸ ਮੌਕੇ ਤੇ ਨਹੀਂ ਪਹੁੰਚੀ, ਪੁਲਿਸ 3 ਘੰਟੇ ਦੀ ਦੇਰੀ ਨਾਲ ਪਹੁੰਚੀ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਸ਼ਰਧਾਲੂ ਟੂਰਿਸਟ ਬੱਸ ਕਿਰਾਏ ਤੇ ਲੈ ਕੇ ਮਥੁਰਾ ਵਰਿੰਦਾਵਨ ਦੇ ਨਾਲ ਨਾਲ ਵਾਰਾਣਸੀ ਦਰਸ਼ਨਾਂ ਲਈ ਰਵਾਨਾ ਹੋਏ ਸੀ। ਬੱਸ ਵਿੱਚ ਬੱਚਿਆਂ ਸਮੇਤ ਕੁੱਲ 60 ਲੋਕ ਸਵਾਰ ਸਨ। ਸ਼ੁੱਕਰਵਾਰ ਦੇਰ ਰਾਤ ਜਦੋਂ ਦਰਸ਼ਨ ਕਰਕੇ ਇਹ ਲੋਕ ਵਾਪਿਸ ਆ ਰਹੇ ਸੀ ਤਾਂ ਕਰੀਬ 1:30 ਵਜੇ ਇਸ ਬੱਸ ਨੂੰ ਅੱਗ ਲੱਗ ਗਈ। ਡਰਾਈਵਰ ਨੂੰ ਪਤਾ ਨਹੀਂ ਲੱਗਿਆ ਘਟਨਾ ਬਾਰੇ। ਘਟਨਾ ਬਾਰੇ ਪਤਾ ਲੱਗਣ ਦੌਰਾਨ
ਮੌਕੇ ਤੇ ਪੁੱਜੇ ਪਿੰਡ ਵਾਸੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਜਿਸ ਕਾਰਨ ਬੱਸ ਵਿੱਚ ਸਵਾਰ ਲੋਕਾਂ ਨੂੰ ਥੱਲੇ ਉਤਰਨ ਦਾ ਮੌਕਾ ਹੀ ਨਹੀਂ ਮਿਲਿਆ ਅਤੇ 8 ਲੋਕ ਇਸ ਵਿੱਚ ਜਿਉਂਦੇ ਸੜ ਗਏ। ਫਿਲਹਾਲ ਇਸ ਪੂਰੀ ਘਟਨਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।